ਅੱਗੇ ਚੱਲੀਏ ਆਹ ਜਗ੍ਹਾ 'ਤੇ ਡੁੱਬਿਆ ਜੀ ਇੱਧਰ ਆਹ ਸਾਹਮਣੇ ਆਹ ਜਗ੍ਹਾ 'ਤੇ ਡੁੱਬਿਆ ਇੱਥੇ ਇੱਥੇ ਘੱਟੋ ਘੱਟ 20-25 ਫੁੱਟ ਪਾਣੀ ਹੈ ਜੀ ਜਿੱਥੇ ਬੱਚੇ ਨਹਾ ਰਹੇ ਸੀ ਪਹਿਲਾਂ ਇੱਕ ਮੁਲਾਜ਼ਮਾਂ ਦੀ ਗੱਡੀ ਆਉਂਦੀ ਸੀ ਪਿਛਲੀ ਗਰਮੀਆਂ 'ਚ ਕੋਈ ਵੀ ਨੁਕਸਾਨ ਨਹੀਂ ਹੋਇਆ ਕਿਸੇ ਬੱਚੇ ਦਾ ਗਰਮੀ ਕਾਰਨ ਸਤਲੁਜ ਦਰਿਆ ਦੇ ਵਿੱਚ ਨਹਾਉਣ ਗਏ 4 ਬੱਚੇ ਪਾਣੀ ਦੇ ਵਿੱਚ ਡੁੱਬ ਗਏ ਨੇ ਜਿਸ ਦੇ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸ ਦਈਏ ਕਿ ਜਿੱਥੇ ਲਗਾਤਾਰ ਗਰਮੀ ਵੱਧ ਰਹੀ ਹੈ ਉੱਥੇ ਹੀ ਲੋਕ ਨਹਿਰਾਂ ਦੇ ਵਿੱਚ ਨਹਾ ਰਹੇ ਨੇ ਸੂਇਆਂ ਦੇ ਵਿੱਚ ਜਾ ਕੇ ਨਹਾ ਰਹੇ ਨੇ ਪਰ ਇਹ ਕਿੰਨੇ ਕੁ ਹਾਨੀਕਾਰਕ ਨੇ ਉਸਦਾ ਅੰਦਾਜ਼ਾ ਇਸ ਖਬਰ ਤੋਂ ਲਗਾਇਆ ਜਾ ਸਕਦਾ ਹੈ ਤਾਂ ਦੱਸ ਦਈਏ ਕਿ 6 ਦੋਸਤ ਇਕੱਠੇ ਹੋ ਕੇ ਦੁਪਹਿਰ ਦੇ ਵਿੱਚ ਨਹਾਉਣ ਦੇ ਲਈ ਜਾਂਦੇ ਨੇ ਸਤਲੁਜ ਦਰਿਆ ਦੇ ਵਿੱਚ ਪਰ ਅਚਾਨਕ ਹੀ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਜਿਸ ਦੇ ਵਿੱਚ 4 ਬੱਚੇ ਪਾਣੀ 'ਚ ਹੀ ਰੁੜ ਜਾਂਦੇ ਨੇ ਹਾਲਾਂਕਿ ਜਿਵੇਂ ਹੀ 2 ਬੱਚੇ ਉਸਦੇ ਵਿੱਚੋਂ ਬਚਦੇ ਨੇ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸਦੇ ਨੇ ਤਾਂ ਪਰਿਵਾਰਕ ਮੈਂਬਰ ਜਦੋਂ ਮੌਕੇ ਦੇ ਉੱਤੇ ਪਹੁੰਚਦੇ ਨੇ ਉਦੋਂ ਤੱਕ ਕਾਫੀ ਦੇਰ ਹੋ ਜਾਂਦੀ ਹੈ ਚਾਰੋਂ ਹੀ ਬੱਚੇ ਪਾਣੀ ਦੇ ਵਿੱਚ ਡੁੱਬ ਗਏ ਨੇ ਫਿਲਹਾਲ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਤੋਂ ਜਿੱਥੇ ਕਿ ਸਤਲੁਜ ਦਰਿਆ ਦੇ ਵਿੱਚ ਨਹਾਉਣ ਗਏ 6 ਦੋਸਤਾਂ ਦੇ ਵਿੱਚੋਂ 4 ਦੋਸਤ ਇਕੱਠੇ ਹੀ ਪਾਣੀ ਦੇ ਵਿੱਚ ਡੁੱਬ ਗਏ ਨੇ ਜਦਕਿ 2 ਦੋਸਤਾਂ ਦੀ ਜਾਨ ਜੋ ਹੈ ਉਹ ਵਾਲ-ਵਾਲ ਬਚੀ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਤਲੁਜ ਦਰਿਆ ਦੇ ਵਿੱਚ 4 ਬੱਚੇ ਪਾਣੀ 'ਚ ਡੁੱਬੇ ਨੇ ਅਤੇ ਉਹਨਾਂ ਦਾ ਕੋਈ ਵੀ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਗੋਤਾਖੋਰਾਂ ਦੀਆਂ ਟੀਮਾਂ ਮੌਕੇ ਦੇ ਉੱਤੇ ਤੈਨਾਤ ਕੀਤੀਆਂ ਗਈਆਂ ਨੇ ਪਰ ਹਾਲੇ ਤੱਕ ਕੁਝ ਵੀ ਬੱਚਿਆਂ ਦਾ ਪਤਾ ਨਹੀਂ ਲੱਗਿਆ ਤਾਂ ਇਸ ਖਬਰ ਤੋਂ ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਕਿ ਜੇਕਰ ਗਰਮੀ ਵੱਧ ਰਹੀ ਹੈ ਤਾਂ ਆਪਣੇ ਬੱਚਿਆਂ ਨੂੰ ਬਾਹਰ ਨਹਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਕਿਉਂਕਿ ਆਏ ਦਿਨ ਲਗਾਤਾਰ ਅਜਿਹੇ ਹਾਦਸੇ ਵਾਪਰੇ ਨੇ ਤਾਂ ਦੱਸ ਦਈਏ ਕਿ ਜਿੱਥੇ ਨਹਿਰਾਂ ਅਤੇ ਸੂਇਆਂ ਦੇ ਵਿੱਚ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਜਾ ਰਹੀ ਹੈ ਉੱਥੇ ਹੀ ਸਵਿਮਿੰਗ ਪੂਲ ਦੇ ਵਿੱਚ ਵੀ ਬੀਤੇ ਦਿਨਾਂ ਖਬਰ ਸਾਹਮਣੇ ਆਈ ਸੀ ਕਿ ਇੱਕ ਬੱਚਾ ਡੁੱਬ ਗਿਆ ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਤਾਂ ਦੱਸ ਦਈਏ ਕਿ ਇਸ ਖਬਰ ਤੋਂ ਸੇਧ ਲੈਣ ਦੀ ਲੋੜ ਹੈ ਕਿ ਬੱਚਿਆਂ ਨੂੰ ਜੇਕਰ ਗਰਮੀ ਲੱਗਦੀ ਹੈ ਤਾਂ ਘਰ ਦੇ ਵਿੱਚ ਹੀ ਉਹਨਾਂ ਨੂੰ ਨਵਾਇਆ ਜਾਵੇ ਬਾਹਰ ਨਾ ਜਾਣ ਦਿੱਤਾ ਜਾਵੇ ਕਿਉਂਕਿ ਆਏ ਦਿਨ ਲਗਾਤਾਰ ਮੰਦਭਾਗੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿੰਨੇ ਹੀ ਘਰਾਂ ਦੇ ਚਿਰਾਗ ਬੁਝ ਗਏ ਨੇ ਤਾਂ ਉੱਥੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ 4 ਦੋਸਤ ਨਹਾਉਣ ਦੇ ਲਈ ਗਏ ਸੀ ਗਰਮੀ ਦੇ ਕਾਰਨ ਸਤਲੁਜ ਦਰਿਆ ਦੇ ਵਿੱਚ ਤਾਂ ਦੱਸ ਦਈਏ ਕਿ ਚਾਰੋਂ ਹੀ ਹੁਣ ਸਤਲੁਜ ਦਰਿਆ 'ਚ ਲਾਪਤਾ ਹੋ ਗਏ ਨੇ ਕਿਹਾ ਜਾ ਰਿਹਾ ਕਿ ਪਾਣੀ ਦੇ ਵਿੱਚ ਡੁੱਬੇ ਨੇ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਦੱਸਿਆ ਜਾ ਰਿਹਾ ਸਾਰਿਆਂ ਦੀ ਉਮਰ 18-20 ਦੇ ਕਰੀਬ ਕਰੀਬ ਦੱਸੀ ਜਾ ਰਹੀ ਹੈ ਐਸੇ ਕਿਨਾਰੇ ਪਈ ਨਹਾ ਰਹੇ ਥੇ ਉਹ ਪਤਾ ਹੀ ਨਹੀਂ ਕਿਆ ਹੁਆ ਕੈਸੇ ਹੁਆ ਤੋ ਅਚਾਨਕ ਹੀ ਸਭੀ ਡੂਬ ਗਏ ਕਿਸੇ ਪੈਰ ਸਲਿਪ ਹੁਆ ਨਹੀਂ ਕੁਛ ਪਤਾ ਹੀ ਨਹੀਂ ਲਗਾ ਨਾ ਕਿਆ ਹੁਆ ਅੱਛਾ ਜਬ ਇਧਰ ਹਮ ਦੋਨੋਂ ਕੋ ਤੋ ਯਹਾਂ ਸੇ ਕੁਛ ਬੰਦੇ ਬੈਠੇ ਥੇ ਯਹਾਂ ਪੇ ਜੀ ਤੋ ਉਹਨੇ ਤੋ ਬਚਾ ਲਿਆ ਜੈਸੇ ਹਮੇ ਹੋਸ਼ ਹੋਸ਼ ਆਇਆ ਤੋ ਫਿਰ ਹਮਨੇ ਆਪਣੇ ਸਾਥੀਓ ਕੋ ਦੇਖਾ ਤੋ ਉਹ ਮਿਲੇ ਨੇ ਸਭ ਤੋ ਫਿਰ ਜੋ ਪਾਸ ਮੇ ਦੋਸਤ ਕਾ ਘਰ ਹੈ ਨਾ ਉਸਕੇ ਬਾਈ ਕੋ ਕਾਲ ਉਲ ਲਗਾਇਆ ਉਹਨ ਸਭ ਕੋ ਬੁਲਾਇਆ ਫਿਰ ਐਸੇ ਫੋਨ ਕਰਕੇ ਸਭ ਕੋ ਬੁਲਾਇਆ ਫੈਮਿਲੀ ਵਾਲੇ ਕੋ ਜੋ 6 ਲੋਕ ਤੁਮ ਥੇ ਤੁਮ 2 ਲੋਕ ਉਸਮੇ ਸੇ ਮਤਲਬ ਬਚ ਗਏ 4 ਲੋਕ ਜੋ ਹੈ ਉਹ ਅਭੀ ਲਾਪਤਾ ਆਪ ਹਾਂ ਅਭੀ ਪਤਾ ਨਹੀਂ ਲੱਗ ਰਿਹਾ ਉਹ ਕਰਤੇ ਕਿਆ ਹੈ ਸਵਿਮਿੰਗ ਆਤੀ ਹੈ ਉਨਕੋ ਜੋ ਨਾ ਆਨੇ ਆਏ ਥੇ ਨਹੀਂ ਸਵਿਮਿੰਗ ਤੋ ਨਹੀਂ ਆਤਾ ਨਹੀਂ ਆਤਾ ਥਾ ਨਹੀਂ ਕਿਤਨੀ ਕਕਸ਼ਾ ਮੇ ਪੜਤੇ ਹੋ ਕੌਨ ਸੀ 12ਵੀਂ ਤੋ ਉਹ ਜੋ ਬਾਕੀ ਦੇ ਸਾਰੇ ਇੱਕ ਹੀ ਕਲਾਸ ਮੇ ਪੜਤੇ ਹੋ ਤੁਮ ਸਭ ਨਹੀਂ ਇੱਕ 11ਵੀਂ ਮੇ ਥਾ ਔਰ ਜ਼ਿਆਦਾਤਰ ਸਕਰੀਨਸ਼ਾਟ ਲੈ ਲੈਣਾ ਦਾ ਚੁੰਗੀ ਪੇ ਰਹਤੇ ਇੱਕ ਇੱਕ ਦੋਸਤ ਨੇ ਇਹ ਰਹਤਾ ਹੈ ਪਹਿਲੀ ਵਾਰ ਯਹਾਂ ਨਾ ਆਨੇ ਆਏ ਥੇ ਯਾ ਪਹਿਲੇ ਵੀ ਕਭੀ ਆਏ ਇੱਕ ਵਾਰ ਆਏ ਥੇ ਪਹਿਲੇ ਅੱਛਾ ਦੋਸਤ ਕਾ ਘਰ ਹੈ ਨਾ ਤੋ ਉਸੇ ਕੇ ਘਰ ਆਤੇ ਥੇ ਤੋ
तो अभी कुछ नहीं पता लगा, तो पता ही नहीं लग रहा उनका। शाहबाज तो हुआ क्या था ये कल, कह रहे हो चार छह लोग आप ही उसमें थे नहाने जो आए थे, हुआ क्या था? जैसे हम सब दोस्त आए इधर, दोस्त के घर आए, फिर इधर सब ऐसे नहाने आए थे, फिर नहा रहे थे ऐसे किनारे पर, अचानक ही पता नहीं मतलब पता नहीं क्या हुआ, लहर आया या फिर गड्ढा गुड्ढा आ गया, अचानक सभी छह एक साथ ही डूबने लग गए। फिर यहाँ पे जो कुछ बंदे थे ना वो हम दोनों को बचा लिए। फिर उसके बाद हम सब जब मतलब बेहोश हो गए थे, फिर जब खुली आँख तो वो सब बोल रहे कि वो उन सबको पता नहीं लग रहा, हम सब भी उनको देखे नहीं, तो वो सब बोले कि जाके घर पे उनके बताओ। तो जिनका जिसका घर नज़दीक था कासाबाद वाले उनके घर गए, फिर उनके घर के लोग को बुला के लाया, फिर सबको खोल के। हाँ जी, रहते भी इकट्ठे मतलब पास पास में? नहीं, पास पास पहले पास पास रहते थे, अब मतलब तो पुलिस को सूच लिया गया 113 नंबर पे चलता है। हाँ जी, बताया गया पुलिस को। लगता नहीं अगर नहीं नहाना चाहिए तो नहीं आना चाहिए यहाँ पे, ऐसे तैरना नहीं आता, अगर तैरना नहीं आना आप अगर आपको आता तो यहाँ पे नहीं आना चाहिए। जी, आपको आता था तैरना? कासाबाद सर, ये मतलब कि यहाँ जा रहे हैं नहाना ऐसे बच्चे उदो दे लापता ने नहाना ऐसे छह बंदे नहाना ऐसे सर, तो दो बंदे बच गए ने तो चार बंदे मिस है, ਤੇ ਆਪਾਂ ਲੱਭ ਰਹੇ ਨੇ ਚਾਰ ਬੰਦੇ ਨੂੰ। ਤੇ ਸਰ ਤੁਹਾਡੇ ਵੱਲੋਂ ਜਿਹੜੇ ਰਾਹਤ ਕਾਰਜ ਕਦੋਂ ਤੋਂ ਸ਼ੁਰੂ ਕੀਤੇ ਗਏ? ਇਹ ਅੱਜ ਸਵੇਰੇ 7:30-8 ਤੋਂ ਵਿੱਚ ਆਪਾਂ ਸ਼ੁਰੂ ਕਰ ਦਿੱਤਾ ਸੀਗਾ। ਤੇ ਕਿੰਨੇ ਬੰਦੇ? 16 ਬੰਦੇ ਦੀ ਟੀਮ ਲੈ ਕੇ, ਮੈਂ ਇੰਚਾਰਜ ਟੀਮ ਦਾ ਦੀਪਕ ਕੁਮਾਰ ਸਬ ਇੰਸਪੈਕਟਰ। ਅੱਛਾ ਜੀ, 16 ਬੰਦੇ ਟੀਮ ਲੈ ਕੇ ਆਇਆ ਮੈਂ, ਰੈਸਕਿਊ ਟੀਮ ਚਲਦੀ ਪਈ। ਤੇ ਸਰ ਕੁਛ ਪਤਾ ਲੱਗਿਆ? ਕੁਛ ਕੋਸ਼ਿਸ਼ 'ਚ ਲੱਗੇ ਹੈ ਹੁਣ ਤੱਕ, ਇਸ ਟਾਈਮ ਤੱਕ ਕੁਛ ਨਹੀਂ ਪਤਾ ਲੱਗਿਆ, ਅੱਗੇ ਜਿੱਦਾਂ ਪਤਾ ਲੱਗੂਗਾ ਤੁਹਾਨੂੰ ਦੱਸ ਦਿੱਤੇ ਜਾਓ। ਮੂਮਨ ਸਰ ਕਹਿੰਦੇ ਨੇ ਕਿ ਜਿਹੜੀ ਬਾਡੀ ਪਾਣੀ ਦੇ ਵਿੱਚ ਡੁੱਬਦੀ ਆ ਉਹ 24 ਘੰਟੇ ਬਾਅਦ ਉੱਪਰ ਆ ਜਾਂਦੀ ਆ? ਨਹੀਂ, 24 ਘੰਟੇ ਬਾਅਦ ਨਹੀਂ, 72 ਘੰਟੇ ਬਾਅਦ। 72 ਘੰਟੇ, 24 ਘੰਟੇ, 72 ਘੰਟੇ ਬਾਅਦ। ਫਿਰ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਲੱਭ ਰਹੇ ਹਾਂ, ਪਾਣੀ ਦਾ ਬਹਾਓ ਹੈ ਨਾ, ਬਹਾਓ 'ਚ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਕਹਿ ਸਕਦੇ ਬੱਚੇ ਫਸੇ ਹੋਣਗੇ ਇੱਥੇ? ਹੋ ਸਕਦਾ, ਤਾਂ ਹੀ ਸਕੂਬਾ ਸੈਟ ਲਾ ਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ, ਅਤੇ ਪਾਣੀ ਦੇ ਬਹਾਵ ਕਰਕੇ ਅੱਜ ਲੱਗਦਾ ਕਿ ਅੱਗੇ ਵੀ ਜਾ ਸਕਦੇ? ਹਾਂ, ਅੱਗੇ ਵੀ ਜਾ ਸਕਦੇ ਹਾਂ, 100% ਇਹਦੇ ਵਿੱਚ ਕੋਈ ਡਾਊਟ ਨਹੀਂ, ਜਾਂ ਬਾਡੀ ਰੇਤਾ 'ਚ ਫਸ ਵੀ ਸਕਦੀ ਹੈ, ਅੱਗੇ ਵੀ ਜਾ ਸਕਦੀ ਹੈ, ਆਪਾਂ ਕੋਸ਼ਿਸ਼ ਕਰ ਰਹੇ ਹਾਂ, ਸਾਡੀ ਟੀਮ ਲੱਗੀ ਹੋਈ ਹੈ। ਲੋਕਾਂ ਨੂੰ ਕੀ ਅਪੀਲ ਹੈ? ਲੋਕਾਂ ਨੇ ਅਪੀਲ ਕਿ ਜਿਹਨੂੰ ਤੈਰਨਾ ਆਵੇ ਨਾ ਉਹ ਆਵੇ, ਬਾਕੀ ਨਾ ਆਵੇ, ਪਾਣੀ ਦੇ ਤਾਰ ਬੀਜੀ ਐਵੇਂ ਫਸ ਜਾਊਗਾ, ਡੁੱਬ ਜਾਊਗਾ। ਆ ਦੇਖੋ ਕੱਲ੍ਹ ਇੰਸੀਡੈਂਟ ਇਹਦੇ ਕਰਕੇ ਹੋਇਆ, ਅਗਰ ਉਹਨੂੰ ਮਾੜਾ ਮੋਟਾ ਤੈਰਨਾ ਆਵੇ ਕਿੰਨੀ ਹੋ ਸਕਦੀ ਹੈ? ਕਿਉਂਕਿ ਤੁਹਾਡੇ ਵੱਲੋਂ ਸਟਾਰਟਿੰਗ ਪੁਆਇੰਟ ਤੋਂ 10 ਫੁੱਟ ਤੋਂ ਹੈ, ਅੱਗੇ ਤੋਂ ਕਾਫੀ ਹੋ, 25-30 ਫੁੱਟ ਤੋਂ ਵੀ ਜ਼ਿਆਦਾ ਹੋਣਾ। ਅਤੇ ਸਰ ਇਹ ਕਹਿੰਦੇ ਵੀ ਹੈ ਕਿ ਪਿੱਛੇ ਵੀ ਕੋਈ ਬੱਚਾ ਕੋਈ ਦੂਰੀ 'ਤੇ ਕੋਈ ਡੁੱਬ ਰਿਹਾ? ਅੱਧਾ ਕਿਲੋਮੀਟਰ ਅੱਗੇ ਇੱਕ ਬੱਚਾ ਹੋਰ ਡੁੱਬਿਆ। ਅੱਛਾ ਜੀ, ਉੱਥੇ ਵੀ ਟੀਮਾਂ ਲੱਗੀਆਂ ਕੋਈ? ਅਸੀਂ ਕਰ ਰਹੇ ਨੇ ਉਹ। ਅੱਛਾ, ਉੱਥੇ ਵੀ ਲੱਗੇ ਮਤਲਬ? ਅਸੀਂ ਵੀ, ਠੀਕ ਹੈ, ਉਹਨੂੰ ਵੀ ਲੱਭ ਰਿਹਾ, ਇਹਨੂੰ ਵੀ ਲੱਭ ਰਿਹਾ। ਠੀਕ, ਟੋਟਲ 5 ਬੰਦੇ ਦੀ ਅਸੀਂ ਰੈਸਕਿਊ ਕਰ ਰਹੇ ਨੇ, ਬਾਕੀ ਦੇਖਦੇ ਹਾਂ ਸੋ ਆਪ ਕਿੰਨੀ ਜਲਦੀ ਆਪਾਂ ਕਰ ਪਾਉਂਦੇ ਆਪਣੇ ਕੰਮ 'ਤੇ ਕਾਮਯਾਬ। ਠੀਕ ਹੈ।